ਪੀਜੀਆਈ ਉਸਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਉਸਨੂੰ ਅੱਜ ਬੀਜੇਪੀ ਅਸੀਂ ਜਦੋਂ ਡਿਬੇਟ ਕਰ ਰਹੇ ਸੀ ਲੋਕਾਂ ਦੇ ਵਿੱਚ ਤਾਂ ਬੀਜੇਪੀ ਕਹਿ ਰਹੀ ਸੀਗੀ ਕਿ ਅਸੀਂ ਇਸਨੂੰ ਪੂਰਾ ਕਰਵਾਵਾਂਗੇ, ਕਾਂਗਰਸ ਕਹਿ ਰਹੀ ਸੀ ਅਸੀਂ ਇਹਨੂੰ 2012 ਦੇ ਵਿੱਚ ਹੀ ਲਿਆਏ ਸੀ, ਅਕਾਲੀ ਦਲ ਕਹਿ ਰਹੀ ਹੈ ਕਿ ਅਸੀਂ ਇਹਦੇ ਲਈ ਫੰਡਸ ਲਿਆਏ ਸੀਗੇ, ਤਾਂ ਸਾਰੇ ਇਸਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਤਾਂ ਇਹ ਹੈ ਵੀ ਘੜੇ ਨੂੰ ਹੱਥ ਲਾਇਆ ਤੇ ਸਾਰਾ ਟੱਬਰ ਤੇ ਆਇਆ। ਜਦੋਂ ਇਹ ਸਾਡੀ ਇਹਦੀ ਸ਼ੁਰੂਆਤ ਹੋਈ, ਪਹਿਲੀ ਗੱਲ ਕਿ 5 January 2022 'ਚ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਇੱਥੇ ਇਹਦਾ ਉਦਘਾਟਨ ਕਰਨ ਆਉਣਾ ਸੀਗਾ, ਇਹਦਾ ਸ਼ਿਲਾਨਿਆਸ ਕਰਨ ਵਾਸਤੇ ਫਾਊਂਡੇਸ਼ਨ, ਉਹਨਾਂ ਨੂੰ ਰੋਕਿਆ ਗਿਆ। ਉਦੋਂ ਗਵਰਨਮੈਂਟ ਕਿਹਦੀ ਸੀ? ਕਾਂਗਰਸ। ਕਾਂਗਰਸ ਦੀ ਗਵਰਨਮੈਂਟ ਦੇ ਹੁੰਦਿਆਂ ਚੀਫ ਮਿਨਿਸਟਰ ਨੈਵਰ ਹੈਡ ਦੀ ਕੱਟ ਸੀ, ਉਹਨਾਂ ਨੂੰ ਇੰਨੀ ਤਹਿਜ਼ੀਬ ਨਹੀਂ ਆਈ ਕਿ ਪ੍ਰਧਾਨ ਮੰਤਰੀ ਜੀ ਫਿਰੋਜ਼ਪੁਰ ਆ ਰਹੇ ਨੇ ਔਰ ਉਹਨਾਂ ਨੂੰ ਰਿਸੀਵ ਕਰਨ ਇੱਥੇ ਆਉਣ। ਉਹਨਾਂ ਨੇ ਉੱਥੇ ਚੰਡੀਗੜ੍ਹ ਬੈਠੇ ਰਹੇ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਅਸੀਂ ਇਹਨਾਂ ਨੂੰ ਰੋਕਣਾ ਹੈ ਔਰ ਅਸੀਂ ਉੱਥੇ ਨਹੀਂ ਜਾਣਾ ਇਹ ਕੰਮ ਕਰਨਾ, ਕਿਉਂਕਿ ਦੇ ਆਰ ਇਨ ਫੀਅਰ ਕਿ ਪ੍ਰਧਾਨ ਮੰਤਰੀ ਬਿਫੋਰ ਇਲੈਕਸ਼ਨ ਆ ਰਿਹਾ। ਪ੍ਰਧਾਨ ਮੰਤਰੀ ਸਾਹਿਬ ਨੇ ਹੋਰ ਵੀ ਅਨਾਊਂਸਮੈਂਟਸ ਕਰਨੀਆਂ ਸੀ ਬਾਰਡਰ ਏਰੀਆ ਦੀਆਂ, ਸਾਨੂੰ ਇੰਡਸਟਰੀਅਲ ਪੈਕੇਜ, ਸੋ ਮੈਨੀ ਥਿੰਗਸ ਹੀ ਹੈਡ ਇਜ਼ ਇਨ ਮਾਈਂਡ। ਲੇਕਿਨ ਉਹਨਾਂ ਨੂੰ ਜਾਣ ਬੁੱਝ ਕੇ ਕਿਸਾਨਾਂ ਦਾ ਨਾਂ ਲੈ ਕੇ ਕਾਂਗਰਸੀਆਂ ਨੇ ਰੋਕਿਆ। ਅੱਜ ਉਹ ਕ੍ਰੈਡਿਟ ਲੈਂਦੇ, ਉਹਨਾਂ ਨੂੰ ਸ਼ਰਮ ਨਹੀਂ ਆਉਂਦੀ। ਐਂਡ ਵਾਟ ਇਜ਼ ਦੀ ਜੋਬ ਆਫ ਦੀ ਅਕਾਲੀ ਪੀਪਲ ਟੂ ਸੇ ਕਿ ਵੀ ਇਹ ਅਸੀਂ ਲੈ ਕੇ ਆਏ? ਦੇਰ ਇਜ਼ ਨੋ ਵਨ ਬਿਟ ਕੰਟਰੀਬਿਊਸ਼ਨ ਆਫ ਦੀ ਅਕਾਲੀ ਪਾਰਟੀ ਇਨ ਦਿਸ। ਇਹ ਤਾਂ 100% ਬੀਜੇਪੀ ਦੀ ਕ੍ਰੀਏਸ਼ਨ ਹੈ। ਪ੍ਰਧਾਨ ਮੰਤਰੀ ਜੀ ਨੇ ਇਹਨੂੰ ਵਰਚੁਅਲੀ ਫਾਊਂਡੇਸ਼ਨ ਸਟੋਨ ਰੱਖਿਆ ਔਰ ਅਸੀਂ ਇਹਦਾ ਕੰਮ ਸ਼ੁਰੂ ਕਰਵਾਇਆ, ਟੈਂਡਰ ਹੁਣ ਹੋਇਆ। ਲੇਕਿਨ ਇਹਨਾਂ ਦੀ ਵਜ੍ਹਾ ਕਰਕੇ 2 ਸਾਲ ਡਿਲੇ ਹੋ ਗਿਆ ਸਰ। ਕਦੋਂ ਤੱਕ ਸਟਾਰਟ ਹੋ ਜਾਏਗਾ? ਆਈ ਥਿੰਕ ਅਨਦਰ 18 months to 24 months। ਤੁਹਾਨੂੰ ਲੱਗਦਾ ਹੈ ਕਿ ਪੀ ਐਮ ਮੋਦੀ ਜੀ ਉਸ ਦਿਨ ਆਪਣੀ ਸਪੀਚ ਦੇ ਦਿੰਦੇ ਤਾਂ ਹੋ ਸਕਦਾ ਕਿ 2022 ਦੀ ਜਿਹੜੀ ਚੋਣ ਸੀ, ਕਿਉਂਕਿ ਤੁਸੀਂ ਫਿਰੋਜ਼ਪੁਰ ਤੋਂ ਲੜੇ ਸੀ ਬੀਜੇਪੀ ਵੱਲੋਂ, ਜਿੱਤ ਹਾਸਲ ਕਰ ਲੈਣ? ਬਿਲਕੁਲ, ਨਾ ਕਿ ਸਿਰਫ ਫਿਰੋਜ਼ਪੁਰ ਦੀ, ਹੋਰ ਬਹੁਤ ਸਾਰੀਆਂ ਸੀਟਾਂ ਜਿੱਤੀਆਂ ਜਾਣੀਆਂ ਸੀ। ਇਹ ਮੇਨ ਫੀਅਰ ਸੀਗਾ ਗਵਰਨਮੈਂਟ ਕਾਂਗਰਸ ਪਾਰਟੀ ਦਾ। ਪੀ ਜੀ ਆਈ ਉਸਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਉਸਨੂੰ ਅੱਜ ਬੀਜੇਪੀ ਅਸੀਂ ਜਦੋਂ ਡਿਬੇਟ ਕਰ ਰਹੇ ਸੀ ਲੋਕਾਂ ਦੇ ਵਿੱਚ ਤਾਂ ਬੀਜੇਪੀ ਕਹਿ ਰਹੀ ਸੀਗੀ ਕਿ ਅਸੀਂ ਇਸਨੂੰ ਪੂਰਾ ਕਰਵਾਵਾਂਗੇ, ਕਾਂਗਰਸ ਕਹਿ ਰਹੀ ਸੀ ਅਸੀਂ ਇਹਨੂੰ 2012 ਦੇ ਵਿੱਚ ਹੀ ਲਿਆਏ ਸੀ, ਅਕਾਲੀ ਦਲ ਕਹਿ ਰਹੀ ਹੈ ਕਿ ਅਸੀਂ ਇਹਦੇ ਲਈ ਫੰਡਸ ਲਿਆਏ ਸੀਗੇ, ਤਾਂ ਸਾਰੇ ਇਸਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਤਾਂ ਇਹ ਹੈ ਵੀ ਘੜੇ ਨੂੰ ਹੱਥ ਲਾਇਆ ਤੇ ਸਾਰਾ ਟੱਬਰ ਤੇ ਆਇਆ। ਜਦੋਂ ਇਹ ਸਾਡੀ ਇਹਦੀ ਸ਼ੁਰੂਆਤ ਹੋਈ, ਪਹਿਲੀ ਗੱਲ ਕਿ 5 January 2022 'ਚ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਇੱਥੇ ਇਹਦਾ ਉਦਘਾਟਨ ਕਰਨ ਆਉਣਾ ਸੀਗਾ, ਇਹਦਾ ਸ਼ਿਲਾਨਿਆਸ ਕਰਨ ਵਾਸਤੇ ਫਾਊਂਡੇਸ਼ਨ, ਉਹਨਾਂ ਨੂੰ ਰੋਕਿਆ ਗਿਆ। ਉਦੋਂ ਗਵਰਨਮੈਂਟ ਕਿਹਦੀ ਸੀ? ਕਾਂਗਰਸ। ਕਾਂਗਰਸ ਦੀ ਗਵਰਨਮੈਂਟ ਦੇ ਹੁੰਦਿਆਂ ਚੀਫ ਮਿਨਿਸਟਰ ਨੈਵਰ ਹੈਡ ਦੀ ਕੱਟ ਸੀ, ਉਹਨਾਂ ਨੂੰ ਇੰਨੀ ਤਹਿਜ਼ੀਬ ਨਹੀਂ ਆਈ ਕਿ ਪ੍ਰਧਾਨ ਮੰਤਰੀ ਜੀ ਫਿਰੋਜ਼ਪੁਰ ਆ ਰਹੇ ਨੇ ਔਰ ਉਹਨਾਂ ਨੂੰ ਰਿਸੀਵ ਕਰਨ ਇੱਥੇ ਆਉਣ। ਉਹਨਾਂ ਨੇ ਉੱਥੇ ਚੰਡੀਗੜ੍ਹ ਬੈਠੇ ਰਹੇ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਅਸੀਂ ਇਹਨਾਂ ਨੂੰ ਰੋਕਣਾ ਹੈ ਔਰ ਅਸੀਂ ਉੱਥੇ ਨਹੀਂ ਜਾਣਾ ਇਹ ਕੰਮ ਕਰਨਾ, ਕਿਉਂਕਿ ਦੇ ਆਰ ਇਨ ਫੀਅਰ ਕਿ ਪ੍ਰਧਾਨ ਮੰਤਰੀ ਬਿਫੋਰ ਇਲੈਕਸ਼ਨ ਆ ਰਿਹਾ। ਪ੍ਰਧਾਨ ਮੰਤਰੀ ਸਾਹਿਬ ਨੇ ਹੋਰ ਵੀ ਅਨਾਊਂਸਮੈਂਟਸ ਕਰਨੀਆਂ ਸੀ ਬਾਰਡਰ ਏਰੀਆ ਦੀਆਂ, ਸਾਨੂੰ ਇੰਡਸਟਰੀਅਲ ਪੈਕੇਜ, ਸੋ ਮੈਨੀ ਥਿੰਗਸ ਹੀ ਹੈਡ ਇਜ਼ ਇਨ ਮਾਈਂਡ। ਲੇਕਿਨ ਉਹਨਾਂ ਨੂੰ ਜਾਣ ਬੁੱਝ ਕੇ ਕਿਸਾਨਾਂ ਦਾ ਨਾਂ ਲੈ ਕੇ ਕਾਂਗਰਸੀਆਂ ਨੇ ਰੋਕਿਆ। ਅੱਜ ਉਹ ਕ੍ਰੈਡਿਟ ਲੈਂਦੇ, ਉਹਨਾਂ ਨੂੰ ਸ਼ਰਮ ਨਹੀਂ ਆਉਂਦੀ।
ਐਂਡ ਵਾਟ ਇਜ਼ ਦੀ ਜੋਬ ਆਫ ਦੀ ਅਕਾਲੀ ਪੀਪਲ ਟੂ ਸੇ ਕਿ ਵੀ ਇਹ ਅਸੀਂ ਲੈ ਕੇ ਆਏ ਹਾਂ। ਦੇਰ ਇਜ਼ ਨੋ ਵਨ ਬਿਟ ਕੰਟਰੀਬਿਊਸ਼ਨ ਆਫ ਦੀ ਅਕਾਲੀ ਪਾਰਟੀ ਇਨ ਦਿਸ, ਇਹ ਤਾਂ 100% ਬੀਜੇਪੀ ਦੀ ਕ੍ਰੀਏਸ਼ਨ ਹੈ। ਪ੍ਰਧਾਨ ਮੰਤਰੀ ਜੀ ਨੇ ਇਹਨੂੰ ਵਰਚੁਅਲੀ ਨਾਓ ਫਾਊਂਡੇਸ਼ਨ ਸਟੋਨ ਰੱਖਿਆ ਔਰ ਅਸੀਂ ਇਹਦਾ ਕੰਮ ਸ਼ੁਰੂ ਕਰਵਾਇਆ, ਟੈਂਡਰ ਹੋਣ ਹੋਇਆ, ਲੇਕਿਨ ਇਹਨਾਂ ਦੀ ਵਜ੍ਹਾ ਕਰਕੇ 2 ਸਾਲ ਡਿਲੇ ਹੋ ਗਿਆ ਸਰ। ਕਦੋਂ ਤੱਕ ਸਟਾਰਟ ਹੋ ਜਾਏਗਾ? ਆਈ ਥਿੰਕ ਅਨਦਰ 18 months to 24 months। ਤੁਹਾਨੂੰ ਲੱਗਦਾ ਕਿ ਪੀ ਐਮ ਮੋਦੀ ਜੀ ਉਦਣ ਆਪਣੀ ਸਪੀਚ ਦੇ ਦਿੰਦੇ ਤਾਂ ਹੋ ਸਕਦਾ ਕਿ 2022 ਦੀ ਜਿਹੜੀ ਚੋਣ ਸੀ, ਕਿਉਂਕਿ ਤੁਸੀਂ ਫਿਰੋਜ਼ਪੁਰ ਤੋਂ ਲੜੇ ਸੀ ਬੀਜੇਪੀ ਵੱਲੋਂ, ਜਿੱਤ ਹਾਸਲ ਕਰ ਲੈਣ? ਬਿਲਕੁਲ, ਨਾ ਕਿ ਸਿਰਫ ਫਿਰੋਜ਼ਪੁਰ ਦੀ, ਹੋਰ ਬਹੁਤ ਸਾਰੀਆਂ ਸੀਟਾਂ ਜਿੱਤੀਆਂ ਜਾਣੀਆਂ ਸੀ। ਇਹ ਮੇਨ ਫੀਅਰ ਸੀਗਾ ਗਵਰਨਮੈਂਟ ਕਾਂਗਰਸ ਪਾਰਟੀ ਦਾ।